ਸਤਿ ਸ੍ਰੀ ਅਕਾਲ, ਮੈਂ ਜਾਨੀ ਕਿ ਸੰਪ੍ਰਿਤ। ਅੱਜ ਗੱਲ ਕਰਦੇ ਹਾਂ 2019 ਲੋਕ ਸਭਾ ਇਲੈਕਸ਼ਨ ਸਮਾਪਤ ਹੋ ਚੁੱਕੀਆਂ ਨੇ। ਸ਼ਹਿਰਾਂ ਚੋਂ ਉਮੀਦਵਾਰ MP ਚੁਣੇ ਗਏ ਨੇ। ਸਾਡੇ ਦੇਸ਼ ਦੇ ਆਗੂ ਨਰਿੰਦਰ ਮੋਦੀ ਜੀ ਵੀ 5 ਸਾਲ ਪਹਿਲਾਂ ਵਰਗ ਕੀਤਾ, 5 ਸਾਲ ਹੁਣ ਉਹਨਾਂ ਕੋਲ ਟਾਈਮ ਦੁਬਾਰਾ ਤੁਹਾਡੇ ਵੱਲੋਂ ਦਿੱਤਾ ਗਿਆ। ਸੋ ਗੱਲ ਕਰਦੇ ਹਾਂ ਪਿਛਲਿਆਂ ਸਮਿਆਂ ਨੂੰ ਵੀ ਦੇਖਦਿਆਂ ਹੋਇਆ ਤੇ ਅੱਗੇ ਆਉਣ ਵਾਲੇ ਸਮਿਆਂ ਨੂੰ ਵੀ ਦੇਖਦਿਆਂ ਹੋਇਆ। ਅੱਜ ਇਸ ਲਾਈਵ ਹੋਣ ਦਾ ਇੱਕੋ ਇੱਕ ਮਕਸਦ ਰਿਹਾ ਕਿ ਯੂਥ ਨੂੰ ਇਕੱਲਿਆਂ ਪ੍ਰਧਾਨਿਕੀਆਂ ਸਰੂਪਿਆਂ ਵਿੱਚ ਹੀ ਉਲਝਾਇਆ ਗਿਆ ਦਿਨ ਬਰ ਦਿਨ ਪਿਛਲੇ ਸਮਿਆਂ ਦੇ ਵਿੱਚ ਵੀ। ਸੋ ਅੱਜ ਗੱਲ ਕਰੀਏ ਪਿਛਲੇ ਸਮਿਆਂ ਨੂੰ ਦੇਖਦਿਆਂ ਹੋਇਆ ਕਿ ਜੋ ਵੀ ਟਾਈਮ ਨਿਕਲ ਗਿਆ ਸੋ ਨਿਕਲ ਗਿਆ, ਪਰ ਅੱਗੇ ਆਉਣ ਵਾਲਾ ਜੋ ਭਵਿੱਖ ਹੈ ਉਹਦੇ ਵਿੱਚ ਯੂਥ ਦਾ ਸਭ ਤੋਂ ਮੇਨ ਹੱਥ ਹਮੇਸ਼ਾ ਰਿਹਾ, ਅੱਗੇ ਵੀ ਰਹੇਗਾ। ਪਰ ਯੂਥ ਜੋ ਪੰਜਾਬ ਦਾ ਅੱਜ ਬਾਹਰਲੇ ਮੁਲਕਾਂ ਦੇ ਵਿੱਚ ਦਿਨ ਬਰ ਦਿਨ ਜਾ ਰਿਹਾ, ਉੱਥੇ ਜਾ ਕੇ ਵਰਕ ਕਰ ਰਿਹਾ, ਉੱਥੇ ਜਾ ਕੇ ਸੈੱਟ ਹੋਣ ਲਈ ਸੋਚ ਰਿਹਾ, ਸ਼ਾਇਦ ਸਾਡੇ ਦੇਸ਼ ਲਈ, ਸਾਡੇ ਆਪਣੇ ਲਈ ਇੱਕ ਨੈਗੇਟਿਵ ਪੁਆਇੰਟ ਹੈ ਜੋ ਦੇਸ਼ ਲਈ, ਆਪਣੇ ਦੇਸ਼ ਵਿੱਚ, ਆਪਣੇ ਪੰਜਾਬ 'ਚ ਰਹਿ ਕੇ ਤਰੱਕੀ ਕਰਨੀ ਚਾਹੀਦੀ ਸੀ, ਉਹ ਅੱਜ ਬਾਹਰਲੇ ਮੁਲਕਾਂ 'ਚ ਤਰੱਕੀ ਜਾ ਕੇ ਹੋ ਰਹੀ ਹੈ, ਜਿਨ੍ਹਾਂ ਲਈ ਸਾਡੇ ਦੇਸ਼ 'ਚ ਸ਼ਹੀਦ ਭਗਤ ਸਿੰਘ ਵਰਗਿਆਂ ਨੇ ਆਪਣੇ ਜਾਨ ਦੀਆਂ ਬਾਜ਼ੀਆਂ ਲਗਾ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ, ਉਹ ਦੇਸ਼ ਦੇ ਲੋਕ, ਉਹ ਦੇਸ਼ ਦਾ ਯੂਥ ਅੱਜ ਬਾਹਰਲੇ ਉਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਦੇ ਦੇਸ਼ਾਂ ਦੇ ਲੋਕਾਂ ਦਾ ਗੁਲਾਮ ਹੋਣਾ ਪਸੰਦ ਕਰ ਰਿਹਾ ਹੈ। ਸੋ ਆਓ ਅੱਜ ਦੀ ਲੀਡਰਸ਼ਿਪ ਨੂੰ ਇੱਕ ਬੇਨਤੀ ਕਰਦਾ ਹਾਂ ਇਸ ਲਾਈਵ ਦੇ ਮਕਸਦ ਰਾਹੀਂ ਕਿ ਦੇਸ਼ ਦਾ ਜੋ ਪੰਜਾਬ ਦਾ ਯੂਥ ਹੈ ਬਾਹਰਲੇ ਮੁਲਕਾਂ 'ਚ ਸੈੱਟ ਹੋ ਰਿਹਾ ਹੈ, ਉਹ ਕਿਉਂ ਹੋ ਰਿਹਾ, ਉਹਦਾ ਇੱਕੋ ਇੱਕ ਮਕਸਦ ਹੈ ਕਿ ਇਸ ਉਹਨਾਂ ਨੂੰ ਇਸ ਪੰਜਾਬ 'ਚ, ਇਸ ਦੇਸ਼ 'ਚ ਰੁਜ਼ਗਾਰ ਪ੍ਰਾਪਤ ਨਹੀਂ ਹੋ ਰਿਹਾ। ਸੋ ਗੱਲ ਕਰਾਂਗਾ, ਬੇਨਤੀ ਕਰਦਾ ਕਿ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਜੋ ਇੱਥੋਂ ਦਾ ਯੂਥ ਇੱਥੇ ਹੀ ਰਹਿ ਕੇ ਮਿਹਨਤ ਕਰ ਸਕੇ ਤੇ ਇਸ ਦੇਸ਼ ਦਾ, ਇਸ ਪੰਜਾਬ ਦਾ ਨਾਮ ਰੋਸ਼ਨ ਕਰੇ, ਬਾਹਰਲੇ ਮੁਲਕਾਂ 'ਚ ਜਾ ਕੇ ਉਹਨਾਂ ਦਾ ਗੁਲਾਮ ਨਾ ਹੋਵੇ। ਇਹ ਜੋ ਕੰਮ ਹੈ ਇਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਤੌਰ 'ਤੇ ਕੀਤਾ ਜਾਵੇ ਤਾਂ ਬਹੁਤ ਬਿਹਤਰ ਹੋਏਗਾ। ਮੈਂ ਪੰਜਾਬ ਦੇ ਸਾਰੇ ਲੀਡਰਸ਼ਿਪ ਨੂੰ ਇੱਕ ਬੇਨਤੀ ਕਰਦਾ ਇਸ ਲਾਈਵ ਦੇ ਮਾਧਿਅਮ ਰਾਹੀਂ ਕਿ ਉਹ ਇਸ ਯੂਥ ਦੀ ਆਵਾਜ਼ ਨੂੰ ਸਮਝ ਸਕਣ